ਇੱਕ ਪਿਓ ਨੇ ਆਪਣੇ ਹੀ ਪੁੱਤ ਦਾ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਦਰਅਸਲ ਪਿਓ ਆਪਣੇ ਪੁੱਤ ਨੂੰ ਮਾਰਨ ਲਈ ਮਜਬੂਰ ਹੋ ਗਿਆ ਸੀ ਕਿਉਂਕਿ ਉਸਦਾ ਪੁੱਤ ਨਸ਼ੇ ਕਰਦਾ ਸੀ ਤੇ ਨਸ਼ੇ ਦੀ ਪੂਰਤੀ ਲਈ ਉਸ ਤੋਂ ਪੈਸੇ ਦੀ ਮੰਗ ਕਰਦਾ ਸੀ, ਜਿਸ ਦੇ ਚਲਦੇ ਪਿਓ ਦੁਖੀ ਹੋ ਗਿਆ ਤੇ ਉਸਨੇ ਆਪਣੇ ਪੁੱਤ ਨੂੰ ਮਾਰਨਾ ਹੀ ਜ਼ਰੂਰੀ ਸਮਝਿਆ। ਇਹ ਮਾਮਲਾ ਮੋੜ ਮੰਡੀ ਦੇ ਨੇੜਲੇ ਪਿੰਡ ਸੰਦੋਆ ਤੋਂ ਸਾਹਮਣੇ ਆਇਆ, ਜਿੱਥੇ ਪਿਓ ਨੇ ਆਪਣੇ ਨੌਜਵਾਨ ਪੁੱਤ ਦੇ ਸਿਰ ਦੇ ਵਿੱਚ ਫੋੜੇ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਤੇ ਅਕਸਰ ਹੀ ਪਿਓ ਤੋਂ ਨਸ਼ੇ ਕਰਨ ਨੂੰ ਲੈ ਕੇ ਪੈਸੇ ਮੰਗਦਾ ਸੀ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਜਾਣਕਾਰੀ ਮੁਤਾਬਿਕ ਨੌਜਵਾਨ ਦਾ ਨਾਮ ਗੁਰਸੇਵਕ ਸਿੰਘ ਸੀ, ਜਿਸ ਦੀ ਉਮਰ ਮਹਿਜ਼ 27 ਸਾਲ ਦੀ ਹੀ ਸੀ, ਜੋ ਨਸ਼ੇ ਕਰਨ ਦਾ ਆਦੀ ਸੀ, ਜਿਸ ਕਾਰਨ ਪਿਓ ਨੇ ਤੰਗ ਆ ਕੇ ਆਪਣੇ ਹੀ ਪੁੱਤ ਦੇ ਸਿਰ ਦੇ ਵਿੱਚ ਫੋੜੇ ਮਾਰ ਕੇ ਉਸਦਾ ਕਤਲ ਕਰ ਦਿੱਤਾ। ਫਿਲਹਾਲ ਮੋੜ ਮੰਡੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।